ਸ਼੍ਰੀਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ। ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਕੈਬਨਿਟ ਮੰਤਰੀ, ਆਓ ਸੁਣਦੇ ਹਾਂ। ਜੀ ਆਇਆਂ ਨੂੰ, ਸਾਰੇ ਪੱਤਰਕਾਰ ਸਾਥੀਆਂ ਦਾ, ਅੱਜ ਦੀ ਪੀਸੀ 'ਚ ਪੰਜਾਬ ਦੇ ਫੂਡ ਸਪਲਾਈ ਮਹਿਕਮੇ ਵੱਲੋਂ ਇੱਕ ਬੜੀ ਸ਼ਾਨਦਾਰ ਜਿਹੜੀ ਅਨਾਊਂਸਮੈਂਟ ਆ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਇਆ। ਪੰਜਾਬ ਦੇ ਅੰਦਰ ਜਿਹੜੇ ਡੀਪੂ ਹੋਲਡਰ ਨੇ ਸਾਡੇ, ਉਹਨਾਂ ਵੱਲੋਂ ਕਈ ਵਾਰ ਡਿਮਾਂਡ ਆਉਂਦੀ ਰਹੀ ਹੈ, ਮੰਗ ਆਉਂਦੀ ਰਹੀ ਹੈ ਕਿ ਸਾਡੀ ਜਿਹੜੀ ਮਾਰਜਨ ਬਣੀ ਹੈ ਉਹਦੇ ਉਹਨੂੰ ਵਧਾਇਆ ਜਾਵੇ, ਕਿਉਂਕਿ ਲੰਬੇ ਅਰਸੇ ਤੋਂ ਜਿਹੜੀ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਹੈ ਉਹਦੇ ਵਿੱਚ ਕੋਈ ਵਾਧਾ ਨਹੀਂ ਸੀ ਕੀਤਾ ਗਿਆ। ਸੋ ਕਈ ਵਾਰ ਉਹਨਾਂ ਨੇ ਸਾਨੂੰ ਮਿਲ ਕੇ ਰਿਕੁਐਸਟ ਵੀ ਕੀਤੀ, ਚਿੱਠੀ ਪੱਤਰ ਰਾਹੀਂ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋਲ ਰੱਖੀ ਜਾਂਦੀ ਰਹੀ ਹੈ। ਸੋ ਉਹਨਾਂ ਦੀ ਇਸ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦਾ ਖੁਰਾਕ ਅਤੇ ਸਿਵਲ ਸਪਾਈ ਮਹਿਕਮੇ ਵੱਲੋਂ ਇੱਕ ਤਜਵੀਜ਼ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ, ਉਹਨਾਂ ਦੀ ਮੰਗ ਦੇ ਆਧਾਰ 'ਤੇ। ਸੋ ਉਸ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਕ ਫੈਸਲਾ, ਜਿਹੜੇ ਡੀਪੂ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ। ਸੋ ਮੈਂ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲ ਇਹ ਸ਼ੇਅਰ ਕਰਦਾ, ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਪਹਿਲਾਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਨ ਬਣੀ, ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੂ ਹੋਲਡਰਾਂ ਨੂੰ, ਉਹ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਦੀ ਸੀਗੀ। 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਸੀਗੀ। ਸੋ ਇਹਦੇ ਵਿੱਚ ਬਹੁਤ ਵੱਡਾ ਵਾਧਾ ਕਰਦਿਆਂ, 40 ਰੁਪਏ ਹੋਰ ਵਾਧਾ ਕਰਦਿਆਂ, ਹੁਣ ਇਹ 50 ਰੁਪਏ ਦੀ ਥਾਂ 90 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣੀ ਆ ਉਹ ਹੁਣ ਮਿਲਣੀ ਸਰਕਾਰ ਨੇ ਮਤਲਬ ਸ਼ੁਰੂ ਕੀਤੀ ਆ। ਸੋ ਇਹ ਮਾਰਜਨ ਬਣੀ ਅਪ੍ਰੈਲ 2024 ਤੋਂ, ਪਿਛਲੇ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਆ ਲਾਗੂ ਕੀਤੀ ਆ। ਸੋ ਇਹਦਾ ਬਣਦਾ ਜਿਹੜਾ 38 ਕਰੋੜ ਰੁਪਈਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਉਹਨੂੰ ਜਾਰੀ ਕਰ ਦਿੱਤਾ। ਸੋ ਮੁੱਖ ਤੌਰ 'ਤੇ ਲਗਭਗ ਦੁੱਗਣੀ ਆਪਾਂ ਕਹਿ ਸਕਦੇ ਹਾਂ 90 ਰੁਪਏ ਹੁਣ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਹੈ ਉਹਨਾਂ ਨੂੰ ਮਿਲਿਆ ਕਰੂਗੀ, ਇਹਦੇ ਅਦਾਇਗੀ ਵੀ ਸ਼ੁਰੂ ਕਰ ਦਿੱਤੀ ਹੈ। ਸੋ ਇਹਦੇ ਨਾਲ 14,400 ਜਿਹੜੇ ਰਾਸ਼ਨ ਡੀਪੂ ਨੇ ਪੰਜਾਬ ਦੇ ਅੰਦਰ, 14,400, ਇਹ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ। ਸੋ ਇਹਦੇ ਨਾਲ ਪੰਜਾਬ ਸਰਕਾਰ ਨੇ 17,40,00,000 ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ। ਸੋ ਸਾਲਾਨਾ ਜਿਹੜਾ ਟੋਟਲ ਮਾਰਜਨ ਬਣੀ ਉਹਨਾਂ ਨੂੰ ਦਿੱਤੀ ਜਾਣੀ ਹੈ ਉਹ 78 ਕਰੋੜ
40 ਲੱਖ ਦੇ ਕਰੀਬ ਜਿਹੜੀ ਆ ਉਹ ਸਲਾਨਾ ਉਹਨਾਂ ਨੂੰ ਮਾਰਜਨ ਮਨੀ ਜਿਹੜੀ ਆ ਹੁਣ ਦਿੱਤੀ ਜਾਇਆ ਕਰੂਗੀ। ਸੋ ਉਦਾਹਰਣ ਦੇ ਤੌਰ 'ਤੇ ਪੰਜਾਬ ਦੇ ਅੰਦਰ 200 ਜੇ ਕਿਸੇ ਡੀਪੂ ਹੋਲਡਰ ਕੋਲ ਕਾਰਡ ਨੇ ਅਤੇ ਜੇ ਪਰ ਕਾਰਡ ਦੇ ਉੱਤੇ ਅਸੀਂ 4G ਲਾਈਏ, ਕਿਤੇ 3 ਹੋ ਸਕਦਾ, ਕਿਤੇ 5 ਹੋ ਸਕਦੇ ਆ, ਅਤੇ 800 ਲਾਭਪਾਤਰੀ ਬਣਦੇ ਆ। ਅਤੇ ਇਹਨਾਂ 200 ਕਾਰਡ ਦੇ ਉੱਤੇ ਪਹਿਲਾਂ ਉਹਨਾਂ ਨੂੰ 24,000 ਰੁਪਈਆ ਸਲਾਨਾ ਜਿਹੜੀ ਉਹ ਮਾਰਜਨ ਬਣੀ ਜਾਂਦੀ ਸੀਗੀ, ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ, ਜਿਹੜਾ ਹੁਣ ਵੱਧ ਕੇ 43,200 ਰੁਪਈਆ ਸਲਾਨਾ ਹੁਣ ਮਾਰਜਨ ਬਣੀ ਜਿਹੜੀ ਉਹਨਾਂ ਦੇ ਖਾਤੇ 'ਚ ਜਾਇਆ ਕਰੂਗੀ। ਉਂਝ ਕਈ ਥਾਵਾਂ 'ਤੇ 200 ਤੋਂ ਵੱਧ ਵੀ ਕਾਰਡ ਹੈਗੇ ਆ। ਸੋ ਮੈਂ ਸਮਝਦਾ ਕਿ ਇਹ 8 ਸਾਲ ਬਾਅਦ, ਲਾਸਟ ਟਾਈਮ 2016 'ਚ ਇਹਦੇ 'ਚ ਵਾਧਾ ਹੋਇਆ ਹੋਵੇਗਾ 10 ਰੁਪਈਏ। 8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ, ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਡੀਪੂ ਹੋਲਡਰ ਨੇ ਪਿੰਡਾਂ ਜਾਂ ਸ਼ਹਿਰਾਂ 'ਚੋਂ ਅਨਾਜ ਵੰਡਦੇ ਆ, ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ। ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿੱਥੇ ਬਾਕੀ ਫੈਕਲਟੀਆਂ ਦਾ, ਬਾਕੀ ਵਰਗਾਂ ਦਾ ਵੱਖੋ ਵੱਖੇ ਸਵਾਲਾਂ ਦੇ ਉੱਤੇ ਵੱਡੇ ਕੰਮ ਕਰ ਰਹੀ ਹੈ, ਵੱਡੇ ਫੈਸਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਨੇ, ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੀ ਆਰਥਿਕ ਬਿਹਤਰੀ ਲਈ ਕੀਤੇ ਆ, ਉੱਥੇ ਪੰਜਾਬ ਦਾ ਖੁਰਾਕ ਅਤੇ ਸਿਵਲ ਸਪਲਾਈ ਮਹਿਕਮਾ ਜਿਹੜਾ ਲਗਾਤਾਰ ਆਪਣੇ ਕੰਜ਼ਿਊਮਰ ਨੂੰ ਲਗਾਤਾਰ ਇਸ ਘੇਰੇ 'ਚ ਆਉਂਦੇ ਸਾਰੇ ਉਹ ਲੋਕ, ਚਾਹੇ ਉਹ ਡੀਪੂ ਹੋਲਡਰ ਨੇ, ਚਾਹੇ ਸਾਡੇ ਲਾਭਪਾਤਰੀ ਨੇ, ਸੋ ਹਰ ਵੇਲੇ ਹਰ ਘੜੀ ਜਿਹੜਾ ਉਹਨਾਂ ਦੀ ਬਿਹਤਰੀ ਦੇ ਲਈ, ਉਹਨਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ, ਉਹਨਾਂ ਨੂੰ ਹੋਰ ਆਰਥਿਕ ਲਾਭ ਵਾਧੂ ਮਿਲੇ ਅਤੇ ਲਗਾਤਾਰ ਜਿਹੜੀ ਹੈ ਪੰਜਾਬ ਸਰਕਾਰ ਕੰਮ ਕਰਦੀ ਹੈ। ਸੋ ਅੱਜ ਮੈਂ ਇਹ ਮੋਟੇ ਤੌਰ 'ਤੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਸੋ ਉਹਨਾਂ ਸਾਰੇ ਹੀ 14,400 ਪੰਜਾਬ ਦੇ ਜਿਹੜੇ ਡੀਪੂ ਹੋਲਡਰ ਨੇ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਧਾਈਆਂ, ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪਿਛਲੇ ਦਿਨਾਂ ਦੇ ਵਿੱਚ RDF ਨੂੰ ਲੈ ਕੇ ਤੁਸੀਂ ਕੇਂਦਰ ਨਾਲ ਮੀਟਿੰਗ ਕੀਤੀ ਹੈ, ਉਸ ਦੇ ਵਿੱਚੋਂ ਕੀ ਕੋਈ ਤਰਕ ਨਿਕਲ ਪਾਇਆ? ਬਿਲਕੁਲ, ਅਸੀਂ ਕੱਲ੍ਹ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੀ ਅਗਵਾਈ 'ਚ ਮੈਂ ਵੀ ਨਾਲ ਸੀਗਾ, ਸਾਡੇ ਮਹਿਕਮੇ ਦੇ ਅਫੀਸਰ ਸਵਾਨ ਵੀ ਨਾਲ ਸੀਗੇ, ਔਰ ਕੱਲ੍ਹ ਯੂਨੀਅਨ ਮਿਨਿਸਟਰ ਪ੍ਰਹਲਾਦ ਜੋਸ਼ੀ ਜੀ ਨੂੰ ਮਿਲ ਕੇ ਆਏ ਹਾਂ। ਸੋ ਪੰਜਾਬ ਦੀ ਜਿਹੜੀ ਮੰਗ ਹੈ, ਉਸ ਮੰਗ ਨੂੰ ਬੜਾ ਠੋਸ, ਮੈਂ ਸਮਝਦਾ ਵੀ ਤਰਕ ਦੇ ਆਧਾਰ 'ਤੇ ਉਹਨਾਂ ਨੂੰ, ਉਹਨਾਂ ਦੇ ਸਾਹਮਣੇ ਰੱਖਿਆ, ਔਰ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਸਾਨੂੰ ਕੱਲ੍ਹ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਬੜੇ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ। ਔਰ ਕਿਉਂਕਿ ਪੰਜਾਬ ਦਾ ਰਾਈਟ ਹੈ ਜਿਹੜਾ RDF ਹੈ, ਸੋ ਜਿਹੜੀ ਕਟੌਤੀ ਇਹਦੇ ਵਿੱਚ ਕੀ ਮਤਲਬ ਕੀਤੀ ਹੈ, ਇਹ ਕਿਸੇ ਵੀ ਰੂਪ 'ਚ ਸਹਿਣ ਨਹੀਂ ਕੀਤੀ ਜਾਏਗੀ। ਲਗਾਤਾਰ ਉਹ ਪ੍ਰਕਿਰਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ, ਸੋ ਕੱਲ੍ਹ ਵੀ ਬੜੇ ਸਾਰਥਕ ਮਾਹੌਲ 'ਚ ਮੀਟਿੰਗ ਹੋਈ ਹੈ। ਸੋ ਗਾਂ ਜੋ ਵੀ ਇਹਦੇ ਲਈ ਲੋੜੀਂਦੇ ਸਾਡੇ ਵੱਲੋਂ ਪਹੁੰਚ ਕਰਨੀ ਆ, ਕੁਝ ਹੋਣਗੀਆਂ ਤਜਵੀਜ਼ਾਂ, ਉਹਦੇ 'ਤੇ ਕੰਮ ਕਰਾਂਗੇ। ਹਾਂ ਬਿਲਕੁਲ, ਪਹਿਲਾਂ 3% ਮਿਲਦਾ ਸੀਗਾ ਮਾਰਕੀਟ ਫੀਸ, ਅਤੇ 3% ਹੀ ਮਿਲਦੀ ਸੀਗੀ RDF। ਸੋ ਉਹਨਾਂ ਨੇ ਪਿਛਲੇ ਸਮੇਂ ਦੇ ਅੰਦਰ
ਜਿਹੜੇ ਇਹਦੇ 'ਚ ਇਹਨੂੰ ਘਟਾ ਕੇ 2% ਕੀਤਾ। ਸੋ ਅਸੀਂ ਕੱਲ੍ਹ ਉਹਨਾਂ ਨਾਲ ਗਿਲਾ ਵੀ ਜ਼ਾਹਰ ਕੀਤਾ। ਸੋ ਉਮੀਦ ਕਰਦੇ ਹਾਂ ਉਹ ਪੰਜਾਬ ਦੀਆਂ ਭਾਵਨਾਵਾਂ ਨੂੰ, ਪੰਜਾਬ ਦੇ ਰਾਈਟ ਨੂੰ ਸਮਝਣਗੇ ਔਰ ਅਸੀਂ ਵੀ ਇਹਦੇ 'ਤੇ ਲਗਾਤਾਰ ਵਰਕ ਕਰਾਂਗੇ। ਨਹੀਂ, ਅਸੀਂ ਕੱਲ੍ਹ ਮਿਲ ਕੇ ਆਏ ਹਾਂ ਜੇ, ਔਰ ਅਜੇ ਤਾਂ ਪ੍ਰਕਿਰਿਆ ਸ਼ੁਰੂ ਹੋਈ ਹੈ ਔਰ ਉਮੀਦ ਕਰਦੇ ਹਾਂ ਵੀ ਕੋਈ ਇਹਦੇ 'ਚ ਚੰਗਾ ਰਿਜ਼ਲਟ ਨਿਕਲੇ। ਸਰ, ਮਾਮਲਾ ਤਾਂ ਸੁਪਰੀਮ ਕੋਰਟ ਦੇ ਵਿੱਚ ਹੈ, ਇਹ ਹਾਲਾਤਾਂ ਦੇ ਵਿੱਚ ਕਿਵੇਂ ਆਰਡੀ ਦਾ ਪੈਸਾ ਜਿਹੜਾ ਪੰਜਾਬ? ਨਹੀਂ, ਸੁਪਰੀਮ ਕੋਰਟ ਇਸੇ ਕਰਕੇ ਜਾਣੇ ਪਿਆ ਸੀਗਾ ਕਿ ਉਹ ਪੰਜਾਬ ਦੇ ਅਧਿਕਾਰ ਨੂੰ ਮੰਨ ਨਹੀਂ ਰਹੇ ਸਨ। ਸੋ ਕੇਸ ਉਸੇ ਸੰਦਰਭ 'ਚ ਕੀਤਾ ਸੀ। ਜੇ ਸਾਡਾ ਮਾਮਲਾ ਮਤਲਬ ਸਾਲਵ ਹੋ ਜਾਵੇ ਤਾਂ ਕੇਸਾਂ ਬਾਰੇ ਵਿਚਾਰ ਕੀਤੀ ਜਾ ਸਕਦੀ। ਆਊਟ ਆਫ ਕੋਰਟ ਸੈਟਲਮੈਂਟ ਕਰਨ ਦੀ ਤਿਆਰੀ ਚੱਲ ਰਹੀ ਹੈ? ਹਾਂ, ਇਹ ਜਦੋਂ ਕੀਤੇ ਜਾ ਰਹੇ ਹੈ। ਔਰ ਡਿਪੋਜ਼ਿਟ ਕੀ ਬਾਤ ਕਰੇ, ਕਿਆ ਔਰ ਕੁਝ ਡਿਪੋਜ਼ਿਟ ਸਰਕਾਰ ਬੜਾਣੇ ਕੀ ਸੋਚ ਰਹੀ ਹੈ? ਕਿਉਂਕਿ ਆਲਰੇਡੀ ਜਿਤਨੇ ਇਸ ਵਾਰ ਹਮਨੇ ਦੇਖਾ ਕਿ ਲਿਫਟਿੰਗ ਮੇਂ ਕਈ ਸਾਰੀ ਚੀਜ਼ੇ ਸਾਹਮਨੇ ਇਸ ਤਰ੍ਹਾਂ ਕੀ ਨਿਕਲ ਗਈ ਹੈ। ਹਾਂ, ਬਿਲਕੁਲ ਬਿਲਕੁਲ, ਬੜਾ ਤੁਹਾਡਾ ਅੱਛਾ ਸਵਾਲ ਹੈ। ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਨੇ ਪੰਜਾਬ ਦੇ ਵਿੱਚ ਹੋਰ ਜਿਹੜੇ ਡੀਪੂਆਂ ਦੀਆਂ ਵਕੈਂਸੀਆਂ ਕੱਢੀਆਂ ਨੇ। ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ 8,040 ਪੇਂਡੂ ਖੇਤਰ ਦੇ ਅੰਦਰ ਔਰ 1742 ਸ਼ਹਿਰੀ ਖੇਤਰ ਦੇ ਅੰਦਰ ਟੋਟਲ 9,792 ਹੋਰ ਸਰਕਾਰੀ ਰਾਸ਼ਨ ਡੀਪੂ ਪੰਜਾਬ 'ਚ ਜਿਹੜੀ ਉਹ ਖੋਲ੍ਹੇ ਜਾਣੇ ਆ। ਸੋ ਉਹਦਾ ਪ੍ਰੋਸੈਸ ਚੱਲ ਰਿਹਾ। 5 ਦਸੰਬਰ ਲਾਸਟ ਡੇਟ ਹੈ ਅਪਲਾਈ ਕਰਨ ਦੀ। ਸੋ ਸਾਰਾ ਉਸ ਪੋਰਟਲ 'ਤੇ ਜਾ ਕੇ ਜਿਹੜੀਆਂ ਵੀ ਉੱਥੇ ਉਹਦੀਆਂ ਉਹ ਰਿਕੁਆਇਰਮੈਂਟ ਹੈਗੀ ਆ ਉਹ ਲੋਕ ਭਰ ਰਹੇ ਆ। ਸੋ ਇਹ ਜਿਹੜਾ ਲਗਭਗ 10,000 ਡੀਪੂ ਮੈਂ ਜੇ ਕਹਾਂ ਅਤੇ ਪੰਜਾਬ ਦੇ ਵਿੱਚ ਹੋਰ ਜਿਹੜਾ ਆਉਣ ਵਾਲੇ ਦਿਨਾਂ 'ਚ ਉਹ ਖੁੱਲ੍ਹੇਗਾ। ਸੋ ਉਹ ਪ੍ਰਕਿਰਿਆ ਪੰਜਾਬ 'ਚ ਚੱਲ ਰਹੀ ਹੈ। ਸਰ, ਆਰਡੀਐਫ ਨੂੰ ਲੈ ਕੇ ਤੁਸੀਂ ਦੋਨਾਂ ਧਿਰਾਂ ਨੇ ਗੱਲਬਾਤ ਕੀਤੀ ਹੈ। ਇਸੇ ਦੇ ਨਾਲ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।